ਜੀ ਹਜੇ ਅਸੀਂ ਦੇਖਣਾ ਚਾਹਾਂਗੇ ਤੁਹਾਡੇ ਜਿਹੜੀ ਸੈਂਚਰੀ ਉਮਰ ਦੀ ਅਸੀਂ ਖੁਦ ਆ ਕੇ ਮਨਾਉਣੀ ਚਾਹਾਂਗੇ ਇੱਥੇ ਤੇ ਅਜੇ ਤੁਹਾਡੀ ਵੈਸੇ ਇਹ ਗੱਲ ਦੂਰ ਦੀ ਆ ਨਹੀਂ ਨਹੀਂ ਦੂਰ ਨਹੀਂ ਆ ਜੀ ਸਾਹਿਤ ਉਹ ਹੈ ਜਿਹੜਾ ਉਤਸ਼ਾਹ ਦੇਵੇ ਜੀ ਜਿਹੜਾ ਸਾਹਿਤ ਉਤਸ਼ਾਹ ਨਹੀਂ ਦਿੰਦਾ ਨਾ ਦੇਖ ਲਓ ਉਹ ਕੋਈ ਕੀਮਤ ਨਹੀਂ ਰੱਖਦਾ ਉਹ ਕੋਈ ਉਹਦੀ ਪ੍ਰਭਤਾ ਨਹੀਂ ਹੈ ਸੋ ਕੋਸ਼ਿਸ਼ ਕਰਾਂਗੇ ਜੀ ਅਗਲੀ ਇੰਟਰਵਿਊ ਦੇ ਵਿੱਚ ਹੋਰ ਵੀ ਵੱਧ ਲਾਹੇ ਲੈ ਸਕੀਏ ਮੇਰਾ ਅਗਾਊਂ ਸ਼ੁਕਰੀਆ ਲੈ ਲਓ ਜੀ ਸੋ ਅਗਾਊਂ ਸ਼ੁਕਰੀਆ ਦੇ ਨਾਲ ਆਪਾਂ ਮਿਲਦੇ ਹਾਂ ਜੀ ਕਿਸੇ ਹੋਰ ਜਦੋਂ ਵੀ ਚਾਹੋ ਮੈਂ ਹਾਜ਼ਰ ਹਾਂ ਜੀ 27 June 1919 ਮੇਰਾ ਜਨਮ ਦਿਨ ਹੈ ਜੀ 27 June 1919 ਮੇਰੀ ਮਾਂ ਜਿਹੜੀ ਆ ਉਹ 100 ਸਾਲ ਤੋਂ ਉੱਤੇ ਹੋ ਕੇ ਮਰੀ ਆ ਲੇਖਕ ਹੋਣਾ ਸਖਾਲਾ ਹੈ ਲੇਖਣ ਦਾ ਲੋਕਾਂ ਨਾਲ ਜੁੜੇ ਹੋਣਾ ਔਖਾ ਹੈ ਮੈਨੂੰ ਅਲਜਬਰਾ ਨਹੀਂ ਸੀ ਆਉਂਦਾ ਮੈਂ 10ਵੀਂ 'ਚੋਂ ਭੱਜ ਗਿਆ ਸੀ ਅਤੇ ਮਿਲਾਇਆ ਚਲਾ ਗਿਆ ਮੈਂ ਲਾਹੌਰੋਂ ਕਿਤਾਬਾਂ ਲਿਆਉਂਦਾ ਹੁੰਦਾ ਸੀ ਉਦੋਂ ਜਾ ਕੇ ਇੱਥੋਂ ਜਾ ਕੇ ਲਾਹੌਰ ਇੱਥੋਂ ਜਾਣਾ 6 ਪੈਸੇ ਦੇ ਕੇ ਤਾਂਗੇ ਅਤੇ ਮੋਗੇ ਜਾਣਾ ਮੋਗਿਓਂ ਮਾਲਵਾ ਬੱਸ ਜਾਂਦੀ ਹੁੰਦੀ ਸੀ ਅਤੇ ਸ਼ਾਮ ਨੂੰ ਮੁੜੇ ਆਉਂਦੀ ਸੀ ਉੱਥੋਂ ਲਾਹੌਰੋਂ ਅਸਲ ਮੁੱਢ ਜਿਹੜਾ ਸੀ ਉਹ ਵਾਰਸ ਦੀ ਹੀਰ ਸੀ ਜਿਹੜੀ ਮੈਨੂੰ ਕੁਛ ਚੰਗੀ ਲੱਗੀ ਅਤੇ ਮੇਰਾ ਗਲਾ ਵੀ ਚੰਗਾ ਸੀ ਜੇ ਮੈਂ ਪੜ੍ਹਦਾ ਸੀ ਤਾਂ 5-7 ਬੰਦੇ ਐਵੇਂ ਇਕੱਠੇ ਹੋ ਜਾਂਦੇ ਸੀ ਹਿੰਦੁਸਤਾਨ ਦੀ ਆਤਮਾ ਨੂੰ ਸਮਝਣ ਵਾਸਤੇ ਸਿਧਾਂਤ ਜ਼ਰੂਰੀ ਹੈ ਪੜ੍ਹਨਾ ਪੁਰਾਣੇ ਵੇਦ ਦਾ ਗੁਰਬਾਣੀ ਦਾ ਚਾਹੇ ਉਹ ਤੁਹਾਡਾ ਨਾਮ ਵੀ ਵੇਲੇ ਵੇਲੇ ਸਰ ਵੱਖਰੇ ਵੱਖਰੀਆਂ ਧਿਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਕਿਵੇਂ ਲੱਗਿਆ ਇਹ ਮੈਨੂੰ ਨਹੀਂ ਮੈਂ ਚੰਗਾ ਨਹੀਂ ਲੱਗਿਆ ਲੇਕਿਨ ਮੈਂ ਇਹ ਹੈ ਵੀ ਇਨਸਾਨੀਅਤ ਦਾ ਪੱਖ ਜਿਹੜਾ ਹੈ ਨਾ ਮਨੁੱਖਤਾ ਦਾ ਜਿਹੜਾ ਪੱਖ ਹੈ ਮੈਂ ਉਹਦੇ 'ਤੇ ਖੜਾ ਜ਼ਿੰਦਗੀ ਦੇ ਇਸ ਮੋੜ 'ਤੇ ਹਜੇ ਵੀ ਜਸਵੰਤ ਕੰਵਲ ਦੀ ਕੋਈ ਅਧੂਰੀ ਇੱਛਾ ਮੇਰੀ ਇੱਛਾ ਤਾਂ ਇਹ ਸੀ ਕਿ ਇੱਕ ਰਾਜਸੀ ਤੌਰ ਦੇ ਉੱਤੇ ਕਾਂਗਰਸ ਨੂੰ ਮਾਰਨ ਵਾਲੀ ਅਤੇ ਅਕਾਲੀਆਂ ਨੂੰ ਮਾਰਨ ਵਾਲੀ ਸੰਸਥਾ ਖੜੀ ਹੋ ਜਾਂਦੀ ਦੋਸਤੋ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਅਤੇ ਇਸ ਵਾਰ ਜਿਹੜਾ ਕਚਹਿਰੀ 'ਚ ਅਸੀਂ ਤੁਹਾਡੀ 'ਚ ਆਏ ਹਾਂ ਤਾਂ ਬਹੁਤ ਹੀ ਇੱਕ ਖਾਸ ਮੁਲਾਕਾਤ ਲੈ ਕੇ ਆਏ ਹਾਂ ਖਾਸ 'ਚੋਂ ਵੀ ਖਾਸ ਕਹਿ ਸਕਦੇ ਹਾਂ ਜੇ ਸ਼ਖਸੀਅਤ ਸ਼ਬਦ ਅਸੀਂ ਵਰਤਦੇ ਹਾਂ ਅਕਸਰ ਹੀ ਪਰ ਮੈਨੂੰ ਲੱਗਦਾ ਸ਼ਖਸੀਅਤ ਸ਼ਬਦ ਵੀ ਕਿਤੇ ਨਾ ਕਿਤੇ ਛੋਟਾ ਪੈ ਜਾਂਦਾ ਜਦੋਂ ਅਸੀਂ ਅੱਜ ਦੀ ਮੁਲਾਕਾਤ ਦੇ ਬਾਰੇ ਗੱਲ ਕਰਦੇ ਹਾਂ ਸੋ ਅੱਜ ਸਾਡੇ ਨਾਲ ਇੱਕ ਇਹੋ ਜਿਹੇ ਕਹਿ ਸਕਦੇ ਹਾਂ ਸ਼ਖਸੀਅਤ ਮਹਾਨ ਆਤਮਾ ਮਹਾਨ ਪੁਰਸ਼ ਜਾਂ ਯੁੱਗ ਪੁਰਸ਼ ਕਿਹਾ ਜਾਵੇ ਤਾਂ ਮੈਨੂੰ ਲੱਗਦਾ ਅਤਕਥਨੀ ਨਹੀਂ ਹੋਵੇਗੀ ਉਹ ਸਾਡੇ ਨਾਲ ਆ ਜੀ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ ਅਕਸਰ ਕਿਹਾ ਜਾਂਦਾ ਵੀ ਪੰਜਾਬੀ ਸਾਹਿਤ ਪੜ੍ਹਿਆ ਨਹੀਂ ਜਾਂਦਾ ਪੰਜਾਬੀ ਸਾਹਿਤ ਤੋਂ ਦੂਰ ਹੋ ਗਏ ਲੋਕ ਪਰ ਨਹੀਂ ਇਸ ਇਨਸਾਨ ਨੇ ਇਹ ਗੱਲ ਨੂੰ ਨਕਾਰਤਾ ਤੁਹਾਡੇ ਸਾਹਿਤ ਤੁਹਾਡੇ ਲਿਖਣੀ 'ਚ ਦਮ ਹੋਣਾ ਚਾਹੀਦਾ ਅਤੇ ਪੜ੍ਹਿਆ ਕਿਉਂ ਨਾ ਜਾਵੇ ਸੋ ਮੇਰੀ ਮੁਰਾਦ ਅੱਜ ਉਹਨਾਂ ਨਾਲ ਹੀ ਹੈ ਜੀ ਜਸਵੰਤ ਸਿੰਘ ਕਮਲ ਹੋਰਾਂ ਨਾਲ ਜਿਹੜੇ ਕਿ ਅੱਜ 96 ਸਾਲ ਦੀ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਪਹੁੰਚ ਚੁੱਕੇ ਆ ਅਤੇ ਅੱਜ ਵੀ ਪੰਜਾਬ ਪੰਜਾਬੀਅਤ 'ਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਕ ਸਭ ਤੋਂ ਰਾਇਲਟੀ ਵੱਧ ਉਹਨਾਂ ਨੂੰ ਅੱਜ ਵੀ ਆ ਰਹੀ ਹੈ ਕਿਸੇ ਇੱਕ ਲੇਖਕ ਦੀ ਜੇ ਗੱਲ ਕਰੀਏ ਸੋ ਅੱਜ ਸਾਡਾ ਸੁਹਾਗ ਪ੍ਰਾਪਤ ਹੋਇਆ ਜੀ ਅੱਜ ਅਸੀਂ ਉਹਨਾਂ ਦੇ ਗ੍ਰਹਿ ਢੁੱਡੀ ਕੇ ਵਿਖੇ ਪਹੁੰਚੇ ਹੋਏ ਹਾਂ ਸੋ ਉਹਨਾਂ ਨਾਲ ਅੱਜ ਥੋੜ੍ਹੀ ਬਹੁਤ ਜਿਹੜੀ ਨੈਚੁਰਲ ਗੱਲਬਾਤ ਅਸੀਂ ਕੋਈ ਅਫੀਸ਼ੀਅਲ ਗੱਲਬਾਤ ਨਹੀਂ ਕਰ ਰਹੇ ਨੈਚੁਰਲ ਗੱਲਬਾਤ ਉਹਨਾਂ ਨਾਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਸੋ ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਅਸੀਂ ਤੁਹਾਡੇ ਬਹੁਤ ਪਿਆਰ ਨਾਲ ਜੀ ਬਹੁਤ ਬਹੁਤ ਮਿਹਰਬਾਨੀ ਜੀ ਬੜੀ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਜੀ ਵੀ ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਜਿਹੜਾ ਸੁਹਾਗ ਪ੍ਰਾਪਤ ਕਰ ਰਹੇ ਹਾਂ ਤੁਹਾਡੀ ਖੁਸ਼ੀ ਨਾਲ ਹੀ ਮੇਰੀ ਖੁਸ਼ੀ ਹੈ ਸੋ ਬਹੁਤ ਮਿਹਰਬਾਨੀ ਜੀ ਸੋ ਬਾਪੂ ਜੀ ਆਪਾਂ ਗੱਲਬਾਤ ਜੇ ਕਰੀਏ ਗੱਲਬਾਤਾਂ ਤਾਂ ਆਪਾਂ ਜਿਹੜੀਆਂ ਲੀਹ ਤੋਂ ਹਟ ਕੇ ਕਰਨ ਦੀ ਕੋਸ਼ਿਸ਼ 'ਚ ਹਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਜਸਵੰਤ ਕਮਲ ਬਾਰੇ ਸਾਨੂੰ ਦੱਸਣਾ ਪੈਣਾ ਵੀ ਕੌਣ ਆ ਕਿਵੇਂ ਆ ਕੀ ਪਰਿਵਾਰਕ ਪਿਛੋਕੜ ਇਹਦੀ ਲੋੜ ਨਹੀਂ ਹੈ ਜੀ ਸੋ ਗੱਲ ਇਹ ਹੈ ਕਿ ਪੰਜਾਬ ਕਿੱਥੇ ਖੜ੍ਹਾ ਪੰਜਾਬ ਕਿੱਧਰ ਨੂੰ ਜਾ ਰਿਹਾ ਪੰਜਾਬ ਬਚਦਾ ਕਿ ਨਹੀਂ ਜੀ ਜਾਣ ਕੇ ਪ੍ਰੋਬਲਮ ਜਿਹੜੀ ਇਹ ਹੈ ਕਿ ਪੰਜਾਬ ਸਮੱਸਿਆ ਜਿਹੜੀ ਹੈ ਉਹ ਸਾਰੇ ਪੰਜਾਬੀਆਂ ਦੇ ਲਈ ਅੱਗੇ ਆ ਕੇ ਖੜ ਗਈ ਹੈ ਜੀ ਅਤੇ ਪੰਜਾਬੀ ਸਾਰੇ ਜਿਹੜੇ ਆ ਉਹ ਦੁਖੀ ਹੈ ਇਸ ਵੇਲੇ 'ਚ ਜਾਣ ਕਿ ਜੋ ਜਿਸ ਤਰ੍ਹਾਂ ਦੀ ਪ੍ਰੋਬਲਮ ਆਜ਼ਾਦੀ ਤੋਂ ਬਾਅਦ ਖੁਸ਼ਹਾਲੀ ਆਉਣੀ ਚਾਹੀਦੀ ਸੀ ਪੰਜਾਬ 'ਚ ਉਹਦੇ ਉਲਟ ਪੰਜਾਬ ਨੂੰ ਸਾਹਮਣਾ ਕਰਨਾ ਪੈ ਰਿਹਾ ਇੰਨੇ ਮਸਲਿਆਂ 'ਚ ਇੰਨਾ ਕਰਜ਼ਾਈ ਹੋ ਗਿਆ ਇੰਨਾ ਥੱਲੇ ਚਲਾ ਗਿਆ ਇੰਨੇ ਚੰਗੇ ਕੰਮ ਕਰਨ ਵਾਲੇ ਬੰਦੇ ਜਿਹੜੇ ਆ ਉਹ ਸਾਡੇ ਸਾਰੇ ਬਾਹਰ ਚਲੇ ਗਏ ਆ ਜਾ ਰਹੇ ਆ ਕੋਈ ਵੱਸ ਨਹੀਂ ਲੱਗਦੀ ਇਸ ਕਰਕੇ
कि पंजाब बचाओ की गल जी है साड़ियां सरकारां ने भी दिमाग चो कढ़ दित्ती है। अमली तौर पर जे उन्हां साड़ियां आप दियां सरकारां जे इस लई कुछ थोड़ा जिहा कौमी पक्ष लैके तुरदियां ते अज पंजाब सरबलंद होंदा। अज हुण पंजाब पैरां च आ के डिग्गिया होया, इन्ना करज़ाई है कि इहदा छुटकारा होना बहुत औखा है। बापू जी, सत्त दहाके हो गए तुहानूं, सत्त दहाके पहलां भी जे तुसीं नावल लिखिया तां उहदे च भी इही फिकर जाहिर कीता, ते उदू बाद निघार 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 आउंदा गया, की तुसीं की सोचदे हो वी निघार इह कित्थे जा के रुकू? हालात हाले दसदे आ किते नहीं दिखदा जी। हालात नूं सुधारन विच किसी राजसी पार्टी ने कोई हिस्सा नहीं लिया। राजसी पार्टियां जिहड़ियां ओ समाजी डकैतियां ते लगियां होईयां ने। हरेक बंदा जिहड़ा अगे आउंदा है वो अपने आप नूं कौम नालों वक्खरा करके अपने आप नूं उच्चा बुलंद करके तो दिखाउणा चाहुंदा है, लेकिन कौमी मसले नूं कोई नहीं वो मुख रख के जो तरक्की होनी चाहीदी सी, जो सरबुलंदी होनी चाहीदी सी, वो पंजाब दी नहीं हुई, पंजाब ते निगर के रह गया जी। बापू जी, एक गल दसो मैनूं, तुसीं शुरू तो चिंतक रहे हो, तुसीं जिन्ने भी तुहाडियां किरतां आईयां हुण तक उस चिंता रही है विशा, सो तुसीं शुरुआती दौर च एज ए लेखक ही बनना चाहे सी जां तुहाडियां अंदरले जिहड़े बलबले सी मैं किवें सुधार करां, समाज नूं किवें सुधारां, जां तुसीं इसे लाइन तों शुरुआत लिखणी दी होई? देखो, मैनूं अलजबरा नहीं सी आउंदा, मैं दसवीं चों भज गया सी जी, ते मिलाया चला गया जी। उत्थें $15 ते सारी रात दा महीना जी, उहनूं भा इहे जे सस्ते सीगे जी कि $15 जिहड़े जिहदे के रुपये बनते सी 22-23 जी, वो महीने के होंगे सी, वो मैं करता रहा 2-2.5 साल। पर उत्थे एक है भी मैं वारस जहीर पढ़ता हुंदा सी ते उहदे आधार ते मैं एक गुरु गोबिंद सिंह दे जन्मदिन ते एक 4 बंत लिखे बोले जी, मेरा बोल चंगा सी। अच्छा जी। ते उहदे नाल मेरी वाह 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 हो गई, उत्थों मैनू शौक पिया ते मैं होर भी कुछ लिखना शुरू करता। कुछ मैनू दोस्त इहे जे मिले जिहड़े चंगीआं सलाहां दिंदे रहे। उत्थों फिर मैनू ये है कि एक चाइनीज़ कुड़ी नाल प्यार भी पिया, वो कहे जा ना, उहदी माँ भी कहे जा ना, सारे राजी भी तू इत्थे रह। मैं कहा भी मैनू साडे घर दा हाल चंगा नहीं, मैनू किहड़ा जाया हुण पऊगा, तू जे आ मेरे नाल चल उत्थे विआह करा ला के ते आ जांगे। ओ जी, मैं उत्थे नहीं जाना मां नूं छड्ड के, तू इत्थे रह, जो मर्जी करा ला इत्थे। ओ गल विच छड्ड के मैं इत्थे आया ते हालात ने जिहड़ा सी ओ मैनूं इत्थे घेर लिया। ओ मेरे भरा ने एक इलैक्शन लड़ी, उहदे च उहने करज़ा कुर्ज़ा चढ़ा लिया, जित तां गया ओह, पर असीं अड हो गए, मैं ते मैथों छोटा ओह अनपढ़ रह गया। मैं ਲਾਹੌਰੋਂ ਕਿਤਾਬਾਂ ਲਿਆਉਂਦਾ ਹੁੰਦਾ ਸੀ ਉਦੋਂ ਜਾ ਕੇ ਜੀ ਜੀ, ਇੱਥੋਂ ਜਾ ਕੇ ਲਾਹੌਰ, ਇੱਥੋਂ ਜਾਣਾ 6 ਪੈਸੇ ਦੇ ਕੇ ਤਾਂਗੇ ਅਤੇ ਮੋਗੇ ਜਾਣਾ, ਮੋਗਿਓਂ ਮਾਲਵਾ ਬੱਸ ਜਾਂਦੀ ਹੁੰਦੀ ਸੀ ਅਤੇ ਸ਼ਾਮ ਨੂੰ ਮੁੜੇ ਆਉਂਦੀ ਸੀ ਉੱਥੋਂ ਲਾਹੌਰੋਂ, ਉਹਦੇ 'ਤੇ ਜਾਣਾ ਉੱਥੋਂ ਮੁੜ ਕੇ ਆਉਣਾ। ਉੱਥੋਂ ਦੀਆਂ ਕਿਤਾਬਾਂ ਨੇ, ਬਾਹਰਲੀਆਂ ਕਿਤਾਬਾਂ ਨੇ, ਬਾਹਰਲੇ ਲੇਖਕਾਂ ਨੇ ਮੈਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਸਾਡਿਆਂ ਨਾਲੋਂ। ਅਸਲ ਮੁੱਢ ਜਿਹੜਾ ਸੀ ਉਹ ਵਾਰਸ ਦੀ ਹੀਰ ਸੀ ਜਿਹੜੀ ਮੈਨੂੰ ਕੁਛ ਚੰਗੀ ਲੱਗੀ ਅਤੇ ਮੇਰਾ ਗਲਾ ਵੀ ਚੰਗਾ ਸੀ। ਜੇ ਮੈਂ ਪੜ੍ਹਦਾ ਸੀ ਤਾਂ 5-7 ਬੰਦੇ ਐਵੇਂ ਇਕੱਠੇ ਹੋ ਜਾਂਦੇ ਸੀ, ਉਹਦੇ ਮੈਨੂੰ ਇਸ ਗੱਲ ਵੱਲ ਤੋਰਿਆ। ਅਤੇ ਫਿਰ ਮੈਂ ਇਹ ਕੁਛ ਵਿਚਾਰਾਂ ਦੀ ਕਿਤਾਬ ਸੀ ਇੱਕ ਉੱਥੇ ਦਿੱਤੀ ਆਪਦੇ, ਉਹ ਬੰਦਾ ਕਹਿੰਦਾ ਤੂੰ ਨਾਵਲ ਕਿਉਂ ਨਹੀਂ ਲਿਖਦਾ? ਅੱਛਾ। ਮੈਂ ਕਿਹਾ ਉਹ ਮੈਂ ਨਾਵਲ ਕਿਵੇਂ ਲਿਖਦਾ, ਨਾਵਲ ਏਡੀ ਵੱਡੀ ਚੀਜ਼ ਹੈ। ਮੈਂ ਉਹ ਕਹਿੰਦਾ ਜਿਹੜਾ ਜਿਹਨੇ ਦੁਨੀਆ ਦਾ ਸਭ ਤੋਂ ਪਹਿਲਾ ਨਾਵਲ ਲਿਖਿਆ ਸੀ ਉਹ ਵੀ ਤੇਰੇ ਵਰਗਾ ਹੀ ਸੀ। ਅੱਛਾ ਜੀ। ਤੂੰ ਲਿਖ ਸਕਦਾ ਆਪਦਾ, ਤੇਰੀ ਵਾਰਤਕ ਦੱਸਦੀ ਆ ਜੀ ਜੀ। ਉਹ ਗੱਲ ਮੇਰੀ ਸਿਰੇ ਨਾਲ ਚੜ੍ਹੀ। ਉੱਥੋਂ ਮੈਂ ਲਾਹੌਰ ਆ ਗਿਆ, ਲਾਹੌਰੋਂ ਮਿੰਟ ਕੁ ਵੀ ਮੇਰੇ ਮਾਮੇ ਦੇ 2 ਮੁਰੱਬੇ ਸੀਗੇ ਪਹਿਲੀ ਲੜਾਈ 'ਚੋਂ ਉਸਨੂੰ ਮਿਲੇ ਸੀਗੇ, ਉੱਥੇ ਚਲਾ। ਉੱਥੇ ਇੱਕ ਕਤਲ ਹੋ ਗਿਆ ਸਰਦਾਰ ਦਾ। ਅੱਛਾ ਜੀ। ਉਹਦੇ ਪਿੱਛੇ ਇੱਕ ਕੁੜੀ ਦੇ ਨਾਲ ਕਰਤਾ ਉਹ ਸਰਦਾਰ ਦਾ ਮੁੰਡਾ ਜਿਹੜਾ ਸੀ ਉਹ ਬਹੁਤ ਵੈਲੀ 'ਚ ਖਰਾਬ ਸੀ, ਉਹਨੇ ਉਹਨੇ ਕੁੜੀ ਨੂੰ ਖਰਾਬ ਕੀਤਾ। ਕੁੜੀ ਦੇ ਭਰਾ 2 ਤਕੜੇ ਸੀ, ਆਹਦੇ ਅਸੀਂ ਇਹਨੂੰ ਮਾਰਨਾ। ਉਹਨਾਂ ਦਾ ਇੱਕ ਦੋਸਤ ਸੀ ਐਸਾ ਸਿੱਖ ਜਿਹਦੀ ਉਹਦੇ ਨਾਲ ਲੱਗਦੀ ਸੀ, ਆਹਦਾ ਸਾਲਿਓ ਤੁਸੀਂ ਉਹ ਸੇਸਰ ਆ ਸੈਸ਼ਨ ਜੱਜ ਦੇ, ਤੁਸੀਂ ਸਾਰੇ ਹੀ ਫਾਹੇ ਆ ਜਾਓਗੇ, ਉਹਨੂੰ ਮਾਰ, ਪਹਿਲਾਂ ਤੁਸੀਂ ਉਹਦਾ ਮੁੰਡੇ ਨੂੰ ਨਾ ਮਾਰੋ, ਸੇਸਰ ਨੂੰ ਮਾਰੋ। ਅੱਛਾ ਜੀ।
ਉਹ ਉਹਨਾਂ ਨੇ ਸੇਸਰ ਮਾਰਿਆ ਉਦੋਂ ਮੈਂ ਉੱਥੇ ਸੀ। ਅੱਛਾ ਜੀ। ਉਹ ਮੁੰਡਾ ਮੇਰੇ ਨਾਲ ਵਾਲੀਬਾਲ ਖੇਡਦਾ ਸੀ ਜਿਹੜਾ ਬੇਗੁਨਾਹ ਉਹਦੇ 'ਚ ਫਸਿਆ। ਅੱਛਾ ਜੀ। ਉਹਨੇ ਕਿਹਾ ਉਹਨੂੰ ਮੁੰਡੇ ਨੂੰ ਵੀ ਤੂੰ ਕੁੜੀ ਫੜ ਲਈ, ਕਿੰਨੇ ਜੇ ਤੇਰਾ ਪਿਓ ਕਿਸੇ ਜੇ ਕੰਮ ਕਰਦਾ ਤੂੰ ਕਿਸੇ ਜੇ ਕਰਦਾ। ਉਹ ਉਹਦੇ ਨਾਲ ਲੜ ਪਿਆ, ਮੁੰਡੇ ਨੂੰ ਮਾਰਿਆ ਸਗੋਂ ਉਲਟਾ। ਉਹ ਉਦੋਂ ਹੀ ਉਹਦਾ ਪਿਓ ਦਾ ਕਤਲ ਹੋ ਗਿਆ। ਉਹਦੇ ਨਾਲ ਹੋਇਆ ਹੋਇਆ ਉਹ ਮੁੰਡਾ ਕਤਲ 'ਚ ਫਸਾ ਦਿੱਤਾ। ਅੱਛਾ ਜੀ। ਉਹ ਕਤਲ 'ਚ ਫਸਾਇਆ ਉਹ ਮੁੰਡੇ ਨੂੰ ਫਾਂਸੀ ਆ ਕੇ। ਉਸ 'ਤੇ ਮੈਂ ਫਿਰ ਮੇਰੇ ਸਾਹਮਣੇ ਹੋਇਆ ਉਹ ਕਤਲ ਹੋਇਆ ਵੀ ਮੈਂ ਦੇਖਿਆ। ਉਹ ਸਰਦਾਰ ਦਾ ਸਾਈਕਲ 'ਤੇ ਜਾਂਦਾ ਸੀ, 8 ਮੀਲ ਉੱਥੋਂ 9 ਮੀਲ ਮਿੰਟ ਗੁੰਮਰੀ ਸੀ, ਅਤੇ ਉਹਦਾ ਸਿਰ ਵੱਢ ਕੇ ਉਹਨਾਂ ਨੇ ਨਹਿਰ 'ਚ ਸੁੱਟਤਾ। ਨਹਿਰ ਉਹ ਪੰਜਾਬ ਤੋਂ ਸਾਰਿਆਂ ਨਾਲੋਂ ਵੱਡੀ ਨਹਿਰ ਆ ਉੱਥੇ ਜਦ ਜਿਹੜੀ ਸੀ। ਉੱਥੇ ਵਿਗੜਿਆ ਮਸਲਾ ਜਿਹੜਾ ਸੀ, ਫਿਰ ਉਹਦੇ ਉਹ ਅਤੇ ਉੱਤੇ ਮੈਂ ਆ ਕੇ ਫਿਰ ਉਹਨਾਂ ਨੂੰ ਪਲਾਟ ਮਿਲ ਗਿਆ। ਪਲਾਟ ਮਿਲਿਆ ਮੈਂ ਉਸ ਮੁੰਡੇ ਕਰਕੇ ਜਿਹੜਾ ਬੇਗੁਨਾਹ ਫਸਿਆ ਉਹਦੇ 'ਚ। ਉਹ ਫਿਰ ਮੇਰਾ ਨਾਵਲ ਕੁਦਰਤੀ ਇੱਕ ਸਾਲ ਬਾਅਦ ਉਹ ਕੋਰਸ ਲੱਗ ਗਿਆ। ਮੈਨੂੰ ਪਤਾ ਉਹਦੇ 'ਚ ਕਿੰਨੀਆਂ ਗਲਤੀਆਂ। ਪਹਿਲਾਂ ਮੇਰਾ ਨਾਵਲ ਅਣਜਾਣਪੁਰ ਦੇ ਉਹ ਕੋਰਸ ਲੱਗਿਆ ਵਿਆ ਲੱਗਿਆ ਉਹ ਇੱਕ ਆਪਣੇ ਮਰ ਗਿਆ ਜਿਹੜਾ DC ਲੱਗਿਆ ਹੁੰਦਾ ਸੀ ਵਿੱਚ ਪੰਜਾਬ ਦਾ ਵੀ ਇੱਥੇ ਹੁੰਦਾ ਸੀ। ਅੱਛਾ ਜੀ। ਉਹਦੇ ਕਾਰਨ ਉਹਨੂੰ ਉਹ ਚੰਗਾ ਲੱਗਿਆ, ਸਿਲੇਬਸ ਚਲਾਤਾ। ਹਾਂ, ਉਹ ਸਿਲੇਬਸ ਚਲਾ ਗਿਆ। ਇਸ ਤਰ੍ਹਾਂ ਮੈਂ ਥੋੜ੍ਹਾ ਜਿਹਾ ਲਿਖਣ ਦੀ ਕਾਲਮ 'ਚ ਉਹ ਹੀ ਨਾਵਲ ਮੇਰਾ ਪੜ੍ਹ ਕੇ ਉਹ ਮੇਰੇ ਜਿਹੜਾ ਪਬਲਿਸ਼ਰ ਸੀ ਉਹ ਦਿੱਤਾ ਉਹਨੇ ਪ੍ਰਧਾਨ ਨੂੰ। ਜੀ ਜੀ। ਸ਼੍ਰੋਮਣੀ ਕਮੇਟੀ ਦੇ ਨੂੰ ਜੀ ਪ੍ਰਧਾਨ ਨੇ ਚਿੱਠੀ ਪਾ ਕੇ ਮੈਨੂੰ ਉੱਥੇ ਸੱਦ ਲਿਆ ਅੰਮ੍ਰਿਤਸਰ। ਅੰਮ੍ਰਿਤਸਰ ਉਹਦਾ ਜੇ ਤੈਨੂੰ ਇੱਥੇ ਰੱਖ ਲਈਏ ਜੀ ਤੂੰ ਰਹਿ। ਮੈਂ ਕਿਹਾ ਜੀ ਮੈਨੂੰ ਹੋਰ ਕੀ ਚਾਹੀਦਾ। ਜੀ ਜੀ। ਉਹਨਾਂ ਨੇ ਉੱਥੇ ਮੈਨੂੰ 90 ਰੁਪਏ 'ਤੇ ਕਲਰਕ ਗ੍ਰੇਡ 'ਤੇ ਮੈਨੂੰ ਉੱਥੇ ਰੱਖ ਲਿਆ। ਉਦੋਂ ਕਲਰਕ ਦਾ ਗ੍ਰੇਡ ਇੰਨਾ ਹੀ ਕੀ ਸੀ। ਫਿਰ ਫਸਾਦਾਂ 'ਚ ਜਦੋਂ ਆ ਕੇ ਮੂਹਰੇ ਆਹ ਉਦੋਂ ਫਿਰ ਮੇਰਾ ਮਨ ਅੱਕ ਗਿਆ ਉੱਥੋਂ। ਅੱਛਾ। ਉੱਥੇ ਇੱਕ ਮੁੰਡਾ ਮੇਰਾ ਦੋਸਤ ਬਣ ਗਿਆ, ਉਹ ਨਾਨਕ ਸਿੰਘ ਦੇ ਗਲ ਪੈ ਗਿਆ ਤਾਂ ਤੇਰਾ ਸਰੀਰ ਜੰਮ ਪਿਆ ਜੀ, ਉਹਦਾ ਫਲਾਣਾ ਨਾਵਲ ਆ ਪੜ੍ਹ ਲਈ ਜੀ। ਉਹਨੇ ਜਵਾਬ ਨਾ ਕੋਈ ਦਿੱਤਾ। ਉਹ ਨਾਨਕ ਸਿੰਘ ਨੇ ਉਹ ਨਾਵਲ ਲੈ ਕੇ ਪੜ੍ਹਿਆ, ਪੜ੍ਹ ਕੇ ਉਹਨੂੰ ਚੰਗਾ ਲੱਗਦਾ, ਉਹ ਮੈਨੂੰ ਮਿਲਣ ਆ ਗਿਆ ਉੱਤੇ ਅੰਮ੍ਰਿਤਸਰ। ਅੰਮ੍ਰਿਤਸਰ ਜੀ। ਉਹ ਮੈਂ ਉਹਦੀ ਆਓ ਭਗਤ ਕੀਤੀ, ਪੈਰੀਂ ਹੱਥ ਲਾਇਆ ਅਤੇ ਬਈ ਵੱਡਾ ਆਦਮੀ ਹੈ ਅਤੇ ਉਹਨੇ ਚਾਹ ਚੂਹ ਪੀਤੀ। ਮੈਨੂੰ ਕਹਿੰਦਾ ਅਕਾਲੀਆਂ ਮਗਰ ਨਾ ਲੱਗ ਜੀ, ਤੇਰੀ ਲਿਖਣੀ 'ਚ ਜਾਨ ਹੈ ਅਤੇ ਲਿਖਣਾ ਨਾ ਛੱਡੀ। ਉਹ ਮੇਰੀ ਉਹਦੇ ਨਾਲ ਦੋਸਤੀ ਹੋ ਗਈ, ਆਉਣ ਜਾਣ ਹੋ ਗਿਆ। ਇਸ ਤਰ੍ਹਾਂ ਮੈਂ ਫਿਰ ਉੱਥੇ ਇੱਕ ਨਾਵਲ ਲਿਖਿਆ। ਜਦੋਂ ਆ ਫਿਰ ਫਸਾਦ ਸ਼ੁਰੂ ਹੋਏ, ਉਹਨਾਂ ਫਸਾਦਾਂ 'ਚ ਮੈਂ ਪਿੰਡੋਂ ਬੰਦਾ ਮਰਨ ਨਾ ਦਿੱਤਾ ਕੋਈ, ਅਤੇ ਸਾਰੇ ਮੁੰਡਿਆਂ ਨੂੰ ਨਾਲ ਜੋੜ ਲਿਆ। ਜਿਹੜੇ ਲੁਟੇਰੇ ਸੀ ਉਹ ਔਖੇ ਸਾਡੇ 'ਤੇ, ਉਹ ਮੁੰਡਿਆਂ 10 ਮੁੰਡਿਆਂ ਦੇ ਨਾਲ ਮੈਂ ਸਾਰੇ ਮੁਸਲਮਾਨਾਂ ਨੂੰ ਕੈਂਪ ਵਿੱਚ ਲਿਜਾ ਕੇ ਹਿਫਾਜ਼ਤ ਨਾਲ ਵਾੜਿਆ। ਮੈਂ 2 ਵਾਰੀ ਬਾਅਦ ਸਿੰਧ ਤੱਕ ਉਹਨਾਂ ਨੂੰ ਮਿਲਣ ਗਿਆ, ਜਿੱਥੇ ਜਿੱਥੇ ਉਹ ਖਿਲਰ ਗਏ ਮਿਲੇ ਬੈਠੇ ਕਰੇ। ਉਹ ਜਦੋਂ ਵੀ ਆਉਂਦੇ ਉਹ ਮੇਰੇ ਕੋਲ ਆਉਂਦੇ ਇੱਥੇ। ਐਸਾ ਇਹਨਾਂ ਹਾਲਾਤ ਵਿੱਚੋਂ ਗੁਜ਼ਰ ਕੇ ਮੈਂ ਉਹ ਨੌਕਰੀ ਛੱਡਿਆ ਆ। ਉਸ ਨੌਕਰੀ ਛੱਡਣ ਦਾ ਮਤਲਬ ਇਹ ਸੀ ਕਿ ਮੀਰਪੁਰ ਦੀ ਛਾਉਣੀ 'ਚੋਂ ਅੰਗਰੇਜ਼ਾਂ ਨੇ ਹਥਿਆਰ ਸਿੱਖਾਂ ਨੂੰ ਦਿੱਤੇ, ਹਿੰਦੂਆਂ ਨੂੰ ਦਿੱਤੇ, ਮੁਸਲਮਾਨਾਂ ਨੂੰ ਦਿੱਤੇ। ਉਹ ਫੈਸਲਾ ਇਹ ਗੱਲ ਹੋ ਗਿਆ ਕਿ ਹਿੰਦੁਸਤਾਨ ਦੇ ਸਰਮਾਏਦਾਰਾਂ ਦਾ ਉਹਨਾਂ ਨਾਲ ਸਮਝੌਤਾ ਹੋ ਗਿਆ ਅੰਗਰੇਜ਼ਾਂ ਨਾਲ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਸਰਮਾਏਦਾਰੀ ਦੀ ਹਿਫਾਜ਼ਤ ਕਰਾਂਗੇ ਅਤੇ ਤੁਸੀਂ ਰਾਜ ਸੰਭਾਲੋ ਅਤੇ ਸਾਡਾ ਲੱਗਿਆ ਸਰਮਾਇਆ ਬਚਾਓ ਇੱਥੇ। ਉਹਨਾਂ ਦਾ ਸਮਝੌਤੇ ਨਾਲ ਇਹ ਹੋਇਆ ਕਿ ਪੰਜਾਬ ਜਿਹੜਾ ਸਾਰਾ 5-6 ਲੱਖ ਬੰਦਾ ਮਾਰਿਆ ਗਿਆ ਅਤੇ ਮੈਂ ਆਪਣਾ ਪਿੰਡ ਹੀ ਬਚਾ ਸਕਦਾ ਸੀ, ਹੋਰ ਮੈਂ ਕਰ ਕੁਛ ਨਹੀਂ ਸੀ ਸਕਦਾ। ਇੱਕ ਗੱਲ ਆਈ ਅੱਜ ਦੇ ਯੂਥ ਨੂੰ ਵੀ ਇਹ ਗੱਲ ਆਉਂਦੀ ਹੈ ਸਾਹਮਣੇ, ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਵੀ ਸਿੱਖੀਏ। ਕੱਲ੍ਹ ਪਰਸੋਂ ਵੀ ਇੱਕ ਲੈਕਚਰ 'ਚ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨੇ ਵੀ ਕਿਹਾ ਵੀ ਰਿਆਜ਼ ਜ਼ਰੂਰੀ ਆ। ਅੱਗੇ ਤਾਂ ਸਿੰਗਰਾਂ ਲਈ ਜਾਂ ਆਮ ਲੋਕ ਸਰ ਰਿਆਜ਼ ਸਮਝਦੇ ਆ, ਪਰ ਇੱਕ ਲੇਖਕ ਲਈ ਵੀ ਰਿਆਜ਼ ਜ਼ਰੂਰੀ ਹੈ, ਮੀਨਸ ਨੂੰ ਪੜ੍ਹਨਾ ਜ਼ਰੂਰੀ ਨਹੀਂ। ਉਹ ਜਿੰਨਾ ਚਿਰ ਲੇਖਕ ਰਿਆਜ਼ 'ਚ ਨਹੀਂ ਪਏਗਾ ਉਹਦੇ ਜਿਹੜੇ ਤਜਰਬੇ ਹੈ ਉਹ ਕੱਚੇ ਹੋਣਗੇ ਜੀ। ਮੈਨੂੰ ਫਿਰ ਥੋੜ੍ਹਾ ਥੋੜ੍ਹਾ ਜਿਹੜਾ ਇਹ ਸੀ, ਇੱਕ ਤਾਂ ਮਾਰਕਸਿਜ਼ਮ, ਇੱਕ ਤਾਂ ਹਿੰਦੁਸਤਾਨ ਦੀ ਆਤਮਾ ਨੂੰ ਸਮਝਣ ਵਾਸਤੇ ਸਿਧਾਂਤ ਜ਼ਰੂਰੀ ਹੈ ਪੜ੍ਹਨਾ ਪੁਰਾਣੇ ਵੇਦ ਦਾ, ਗੁਰਬਾਣੀ ਦਾ ਚਾਹੇ ਉਹ। ਉਹਦੇ ਨਾਲ ਤੁਸੀਂ ਜਿਹੜੀ ਕਲਚਰਲ ਚੱਲ ਰਹੀ ਹੈ, ਲਹਿਰ ਚੱਲ ਰਹੀ ਹੈ ਨਾ,
उस नूं तुसीं ठीक ढंग नाल समझ सकदे हो। पर फिर इस उत्ते जिहड़ा मार्क्सिज़म सी जिहड़ी ओह साइंस दा सिधांत सी। साइंस सिधांत यह है कि जी 100% एको ही रिजल्ट दिंदी है तो वह असूल बनती है, दूजी असूल नहीं बनती। इस करके मैनू दोहां पक्षां तों मैं एक सिधांत नाल हिंदुस्तान की आत्मा नूं समझण विच, गुरबाणी नूं समझण विच, बाबे नानक नूं समझण विच, जां साडे पुराने होर बंदे जिहड़े सी उहनां नूं, ते इह साइंस नाल साइंस दे सच नाल मैं दोहां पासां तों टुटा गया, नैगेटिव पासों भी पॉजिटिव पासों भी। और एक पासे का जिहड़ा सिधांत है हाँ दा, ते एक पासे ना दा, दोए सिधांत जिन्ना चिर जोड़ के नहीं तुसीं तुरदे उन्ना चिर तुसीं परफेक्ट राह नहीं पै सकदे। ਤੁਸੀਂ ਜੇ ਸੱਤ ਦਹਾਕੇ ਲਿਖਿਆ, ਸੱਤ ਦਹਾਕਿਆਂ 'ਚ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਰਿਹਾ, ਅਤੇ ਅੱਜ ਵੀ ਮੈਂ ਨੋਟ ਕੀਤਾ, ਅੱਜ ਵੀ ਜੇ ਸਾਡੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਤਾਂ ਫਿਰ ਤੁਹਾਡੇ ਕੋਲ ਉਹੀ ਚਿੰਤਾ ਵੀ ਪੰਜਾਬ ਗਿਆ, ਪੰਜਾਬ ਗਿਆ, ਠੀਕ। ਸੋ ਜੇ ਹੈ ਵੈਸੇ ਇਹ ਹੈ ਕੋਰਾ ਸੱਚ, ਕੋਰਾ ਸੱਚ ਆ ਜੀ। ਪਰ ਸਾਡੇ ਸਾਡੇ ਸਾਹਮਣੇ ਸਾਡੇ ਖੁੱਲ ਰਿਹਾ, ਜਿਵੇਂ ਬਰਫ਼ ਦਾ ਡਲਾ ਖੁੱਲ ਰਿਹਾ ਉਸ ਤਰ੍ਹਾਂ ਖੁੱਲ ਰਿਹਾ ਜੀ। ਪਰ ਹੁਣ ਇਹਨੂੰ ਅਸੀਂ ਤਾਂ ਜਿੰਨੀ ਕੁ ਉਮਰ ਦੇ ਨਾਲ ਜਾਂ ਕਹਿੰਦੇ ਨੇ ਰੜ ਕੇ ਗੱਲਾਂ ਆਉਂਦੀਆਂ, ਤੁਸੀਂ ਹੁਣ ਤੱਕ ਦੇ ਤਜਰਬਿਆਂ 'ਚ ਫਿਰ ਵੀ ਕੋਈ ਤਾਂ ਸਾਨੂੰ ਕੀ ਪੁਆਇੰਟ ਦੱਸੋ ਵੀ ਅਸੀਂ ਕੀ ਕਰੀਏ, ਜਾਂ ਯੂਥ ਨੂੰ ਦੱਸੋ ਵੀ ਯੂਥ ਕੀ ਕਰੇ ਜਿਹਦੇ ਨਾਲ ਕਿ ਇਸ ਨੂੰ ਰੋਕਿਆ ਜਾ ਸਕੇ, ਇਸ ਜਾਂਦੇ ਬਰਫ਼ ਨੂੰ ਖੁਰਨ ਤੋਂ ਬਚਾਇਆ ਜਾ ਸਕੇ। ਗੱਲ ਇਹ ਹੈ ਵੀ ਯੂਨਿਟੀ ਕਰੇ ਬਿਨਾਂ, ਬਰਾਬਰ ਦੀ ਸਥਿਰ ਕਰੇ ਖੜੀ ਕਰੇ ਬਿਨਾਂ ਇਹਨਾਂ ਨੂੰ ਸ਼ਿਕਸਤ ਨਹੀਂ ਦੇ ਸਕਦੇ। ਲੇਕਿਨ ਲੋਕ ਔਖੇ ਆ ਇਹਨਾਂ ਦੋਵਾਂ ਤੋਂ, ਔਖੇ ਜੇ ਲੋਕ ਔਖੇ ਨਾ ਹੁੰਦੇ ਤਾਂ। ਵੈਸੇ ਇਹ ਹੈ ਵੀ ਜਿਹੜੀ ਇਹ ਨਵੀਂ ਰਾਜਸੀ ਪਾਰਟੀ ਆ ਰਹੀ ਹੈ ਨਾ, ਇਹਨਾਂ 'ਚ ਬਹੁਤ ਕੋਈ ਥਿੰਕਰ ਬੰਦੇ ਨਹੀਂ ਗਏ ਹੈ ਹਾਲੇ ਤੱਕ, ਨਵੇਂ ਬੰਦੇ ਆ। ਲੇਕਿਨ ਇਹਨਾਂ ਨੂੰ ਫਾਇਦਾ ਮਿਲ ਰਿਹਾ ਉਹਨਾਂ ਦੀਆਂ ਦੋਹਾਂ ਪਾਰਟੀਆਂ ਦੀਆਂ ਬੇਵਕੂਫੀਆਂ ਦਾ, ਬੇਵਕੂਫੀਆਂ ਦਾ ਫਾਇਦਾ ਉਹਨਾਂ ਨੂੰ ਮਿਲ ਰਿਹਾ। ਲੇਕਿਨ ਕੁਰਬਾਨੀ ਵਾਲੇ ਬੰਦੇ ਅਜੇ ਨਹੀਂ ਆਏ ਇਹਨਾਂ 'ਚ, ਸਿਆਣਪ ਵਾਲੇ ਨਹੀਂ ਆਏ, ਕੁਰਬਾਨੀ ਆਏ। ਲੇਕਿਨ ਜੇ ਇਹਨਾਂ 'ਚ ਕੁਰਬਾਨੀ ਵਾਲੇ ਬੰਦੇ ਉੱਠ ਕੇ ਜੁੜ ਜਾਣ ਤਾਂ ਇਹ ਦੋਹਾਂ ਧਿਰਾਂ ਫੇਰ ਹੋ ਸਕਦੀਆਂ ਨੇ। ਲੋਕ ਔਖੇ ਆ ਇਹਨਾਂ 'ਤੇ, ਜੇ ਲੋਕ ਔਖੇ ਨਾ ਹੁੰਦੇ ਦਿੱਲੀ ਵਰਗੇ ਇਲਾਕੇ 'ਚ ਇਹਨਾਂ ਨੂੰ ਕਦੇ ਹਾਰ ਨਾ ਆਉਂਦੀ। ਸੋ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ ਆਪਣੀ। ਪਰ ਹੁਣ ਨਾਲ ਨਾਲ ਇੱਕ ਚੀਜ਼ ਆਪਾਂ ਥੋੜ੍ਹੀ ਜਿਹੀ ਪਰਸਨਲ ਵੀ ਟੱਚ, ਕਮਲ ਸ਼ਬਦ ਬਾਰੇ ਤੁਸੀਂ ਬਹੁਤ ਵਾਰੀ ਕਰ ਚੁੱਕੇ ਹੋ, ਪਰ ਥੋੜ੍ਹਾ ਜਿਹਾ ਫੇਰ ਹੁਣ ਸਾਡਾ ਅੱਜ ਦਾ ਯੂਥ ਆ ਜਿਹੜਾ, ਜਿਨ੍ਹਾਂ ਨੇ ਹੁਣ ਇਹੀ ਵੀਡੀਓ ਦੇਖ ਕੇ ਜੁੜਨਾ, ਇਹ ਕਦੋਂ ਅਤੇ ਕਿਵੇਂ ਜੁੜਿਆ ਤੁਹਾਡੇ ਨਾਲ? ਉਹ ਗੱਲ ਇਹ ਹੈ ਵੀ ਮੇਰਾ ਇੱਕ ਉੱਥੇ ਸਲਾਹੀ ਸੀ ਜੀ, ਭਾਈ ਕੇ ਫਫੜਿਆਂ ਦਾ, ਭਾਈ ਕੇ ਫਫੜੇ, ਉਹ ਮੇਰਾ ਮੁੱਢ ਸੀ ਸਮਝੋ ਇੱਕ ਤਰ੍ਹਾਂ ਦਾ, ਮੈਨੂੰ ਉਠਾਉਣ ਵਾਲਾ, ਸਲਾਹਾਂ ਦੇਣ ਵਾਲਾ। ਉਹ ਕਹਿੰਦਾ ਵੀ ਜਿਹੜੇ ਨਜ਼ਮਾਂ ਲਿਖਦੇ ਆ ਉਹਨਾਂ ਦੇ ਤਖਲਸ ਹੁੰਦੇ ਆ, ਤੂੰ ਵੀ ਕੋਈ ਤਖਲਸ ਰੱਖ ਜੀ। ਮੈਂ ਕਿਹਾ ਮੈਨੂੰ ਤਾਂ ਯਾਰ ਯਾਦ ਹੀ ਨਹੀਂ, ਪਤਾ ਹੀ ਨਹੀਂ ਵੀ ਤਖਲਸ ਰੱਖੀਦਾ ਜਾਂ ਨਹੀਂ ਰੱਖੀਦਾ। ਉਹਨੇ ਚੱਕ ਕੇ ਇਹ ਕਮਲ ਤਖਲਸ ਜੋੜਤਾ ਨਾਲ, ਅਤੇ ਉਹ ਜੁੜਿਆ ਜੁੜਿਆ ਹੁਣ ਫਿਰ ਨਾਲ ਉਹ ਲਹਿੰਦਾ ਮੈਨੂੰ। ਨਹੀਂ ਨਹੀਂ ਲਵੇ, ਇਹ ਤਾਂ ਇੱਕ ਹੁਣ ਸਾਡੇ ਲਈ ਮਾਣ ਦੀ ਗੱਲ ਹੋ ਗਈ ਆ। ਇੱਕ ਗੱਲ ਹੋਰ ਜਿਹੜੀ ਮੈਂ ਅਕਸਰ ਕਰਦਾ ਹੁੰਦਾ, ਤੁਹਾਡੀ ਉਮਰ ਦਾ ਜਿਹੜਾ ਅਸੀਂ ਆਉਂਦੇ ਹਾਂ 96 ਸਾਲ 'ਚ ਤੁਸੀਂ ਪਹੁੰਚ ਚੁੱਕੇ ਹੋ, ਤਾਂ ਕੀ ਤੁਸੀਂ ਜਿਹੜੀ ਇਹ ਮੈਂ ਬੇਵਕੂਫੀਆਂ ਵਾਲੀਆਂ ਖੁਰਾਕਾਂ ਨਹੀਂ ਖਾਧੀਆਂ, ਸਾਦਗੀ ਰੱਖੀ ਹੈ ਜੀ। ਵੈਸੇ ਸ਼ਰਾਬ ਪੀ ਲੈਂਦਾ ਹੁੰਦਾ ਸੀ ਜੀ, ਫਿਰ ਮੈਂ ਉਹਨੂੰ ਥੋੜ੍ਹੀ ਕਰਤਾ ਜੀ। ਅਖੀਰ ਮੈਨੂੰ ਇੱਕ ਸਿਆਣੇ ਬੰਦੇ ਨੇ ਸਲਾਹ ਦਿੱਤੀ ਵੀ ਸ਼ਰਾਬ ਖਾਰਦੀ ਹੈ ਬੰਦੇ ਨੂੰ, ਮਖੇ ਠੀਕ ਹੈ, ਪਰ ਜੇ ਇਹਨੂੰ ਥੋੜ੍ਹੀ ਵਰਤੋ ਤਾਂ ਇਹ ਤੁਹਾਨੂੰ ਸਵਾਰਦੀ ਵੀ ਹੈ। ਉਹ ਮੈਂ ਉਦੋਂ ਤੋਂ ਉਹਦੀ ਗੱਲ ਲੜ ਬੰਨੀ, ਹੁਣ ਜੇ ਮੈਂ ਪੀਵਾਂ ਤਾਂ ਮੈਂ ਦੂਜੇ ਦਿਨ ਤੀਜੇ ਦਿਨ ਇੱਕ ਹਾੜਾ, ਇੱਕ ਬੋਤਲ ਜਿਹੜੀ ਮੇਰੀ ਇੱਕ ਮਹੀਨਾ ਚਲੀ ਜਾਂਦੀ ਹੈ ਇਸ ਤਰ੍ਹਾਂ ਦਾਰੂ ਤੌਰ 'ਤੇ। ਲੇਕਿਨ ਇਹ ਹੈ ਵੀ ਮੈਂ ਇੱਕ ਪੈਗ ਤੋਂ ਵੱਧ ਵਾਧੂ ਨਹੀਂ ਲੈਂਦਾ। ਮੇਰਾ ਇੱਕ ਹੋਰ ਕਹਿਣ ਦਾ ਮਤਲਬ ਸੀ ਵੀ ਜਿਹੜੀ ਉਮਰ ਜਿਹੜੇ ਟਾਈਮ ਤੁਹਾਡੇ ਜਨਮ ਹੋਏ ਉਸ ਟਾਈਮ ਨਾ ਤਾਂ ਕੋਈ ਸਹੀ ਢੰਗ ਨਾਲ ਸਕੂਲ, ਉਦੋਂ ਤਾਂ ਸੋਚ ਹੀ ਕੋਈ ਨਹੀਂ ਸੀ, ਅਣਜਾਣਤਾ ਸੀ, ਰਜਿਸਟ੍ਰੇਸ਼ਨ ਵੀ ਨਹੀਂ ਹੁੰਦੀ ਸੀ, ਕੋਈ ਚੌਂਕੀਦਾਰ ਕੋਲ ਅੱਗੇ ਪਿੱਛੇ ਵੱਧ ਘੱਟ ਵੀ ਲਿਖਾ ਦਿੰਦਾ ਸੀ। ਕੀ ਤੁਸੀਂ ਤੁਸੀਂ ਇਸ ਚੀਜ਼ 'ਤੇ ਪਰਪੱਕੋਂ ਵੀ ਜਿਹੜਾ ਤੁਹਾਡਾ ਉਮਰ ਦਾ ਹੁਣ ਤੱਕ ਵੀ ਇਹ 96 ਦੇ ਹੋ ਗਏ ਹੋ ਤੁਸੀਂ? ਨਹੀਂ ਮੈਨੂੰ ਤਾਂ ਤੁਹਾਨੂੰ ਦੇਖ ਕੇ ਵੈਸੇ ਗੱਲ ਇਹ ਹੈ ਵੀ ਮੈਂ ਕੋਈ ਅਵਲੀ ਸਵਲੀਆਂ ਚੀਜ਼ਾਂ ਨਹੀਂ ਖਾਧੀਆਂ ਨਾ। ਸਾਨੂੰ ਦੇਖਣ 'ਚ ਤੁਸੀਂ 80 ਸਾਲ ਦੇ ਲੱਗਦੇ ਹੋ, ਕਿਤੇ ਇਹ ਤਾਂ ਨਹੀਂ ਕਿਸੇ ਨੇ ਮੇਰੇ 5-7 ਸਾਲ ਉਹੀ ਵੱਡੀ ਲਿਖਤੀ ਹੋਵੇ? ਨਹੀਂ, ਉਹ ਮੇਰੀ ਉਮਰ 27 ਜੂਨ 1919 ਮੇਰਾ ਜਨਮ ਦਿਨ ਆ ਜੀ, 27 ਜੂਨ 1919 ਮੇਰੀ ਮਾਂ ਜਿਹੜੀ ਆ ਉਹ
100 साल तो उत्ते हो के मरी है। सो एक खानदानी भी एक बंदे च जीन्स भी हुंदे है। नहीं, मेरा ख्याल है कि ये सादगी खुराक दी जड़ी है ना जी, ये वड्डी गल है। हुण हुण जे लिखण पढ़न दी किरिया आ जाईए, अक्सर सरकार 62 साल दे बंदे नूं रिटायर कर दिंदी है जी, हुण बाद 65 करता ते आम ही साडे घरां च बुजुर्ग गल करीए तां 70-80 साल दे कहिंदे ने हुण कित्थे सोझी। नहीं, एक गल जिहड़ी रह गई अपनी करन च जी जी, ਉਹ ਇਹ ਹੈ ਕਿ ਡਾਕਟਰ ਜਸਵੰਤ ਗਿੱਲ ਜੀ ਜੀ ਮੇਰੇ ਨਾਲ ਪਹਿਲਾਂ ਲੜੀ ਜੀ, ਰਾਤ ਬਾਕੀ ਹੈ ਨਾਵਲ ਪੜ੍ਹ ਕੇ ਉਸਨੇ ਮੈਨੂੰ ਚਿੱਠੀ ਲਿਖੀ ਜੀ ਵੀ ਤੂੰ ਇੱਕ ਕੁੜੀ ਨੂੰ, ਜਵਾਨ ਕੁੜੀ ਨੂੰ, ਜਜ਼ਬਾਤੀ ਜਿਹੜੀ ਮੈਡੀਕਲ 'ਚ ਪੜ੍ਹਦੀ ਸੀ, ਤੂੰ ਉਹਨੂੰ ਰੋਲ ਕੇ ਮਾਰਤਾ ਜੀ TAP TV ਦੇ। ਮੈਂ ਕਿਹਾ ਉਹ ਨਾਵਲ ਮਜ਼ਾਰਾ ਲਹਿਰ 'ਤੇ ਹੈ ਜੀ, ਇਸ ਕਰਕੇ ਮੈਨੂੰ ਮਜ਼ਾਰਾ ਲਹਿਰ ਦੇ ਅਨੁਸਾਰ ਉਹ ਤੁਰਨਾ ਪੈਣਾ ਸੀ, ਅਤੇ ਜਿਹੜਾ ਜਗੀਰਦਾਰਾਂ ਨਾਲ ਜੁੜਿਆ ਉਹਦੇ ਨੂੰ ਉਹਨੂੰ ਟ੍ਰੈਜਡੀ ਵਾਪਰਨੀ ਸੀ। ਉਹ ਮੰਨੀ ਨਾ, 2-3 ਚਿੱਠੀਆਂ ਸਾਡੀਆਂ ਲੜਾਈ ਵਰਗੀਆਂ ਚੱਲੀਆਂ। ਫਿਰ ਉਹ ਮੈਨੂੰ ਦਿੱਲੀ ਮਿਲ ਪਈ ਜੀ, ਉਹਦਾ ਭਰਾ DC ਲੱਗਿਆ ਸੀ, ਉਹ ਬਿਮਾਰ ਹੋ ਕੇ ਦਿੱਲੀ ਆ ਗਿਆ, ਉਹਦੀ ਖਬਰ ਨੂੰ ਉੱਥੇ IVC ਉਹਨੂੰ ਪਤਾ ਲੱਗਾ ਮੈਂ ਇੱਥੇ ਆਇਆ, ਉਹਦੀ ਮੈਂ ਮਿਲਣਾ ਉਹਨੂੰ ਜੀ। ਉਹ ਹੁਣ ਮੈਂ ਉਹਨੂੰ ਕਿਹਾ ਵੀ ਅਸੀਂ ਮਿਲੇ ਉੱਥੇ ਜੀ, ਅਸੀਂ ਮਿਲੇ ਬਿਲਕੁਲ ਲਾਲ ਕਿਲੇ ਦੇ ਸਾਹਮਣੇ ਦੁਕਾਨ ਹੈ ਉਸ ਦੋਸਤ ਦੀ, ਮੇਰੀ ਰਾਤ ਬਾਕੀ ਹੈ ਨਾਵਲ ਉਹਨੂੰ ਪੜ੍ਹਨ ਨੂੰ ਦਿੱਤਾ ਸੀ, ਕੁੜੀ ਨੂੰ ਪ੍ਰੇਰਿਆ ਸੀ ਉਹਨੂੰ ਪੜ੍ਹਨ ਨੂੰ, ਵੀ ਆਹ ਨਾਵਲ ਪੜ੍ਹਨ ਵਾਲਾ, ਉਹ ਅੰਗਰੇਜ਼ੀ ਦੇ ਨਾਵਲ ਪੜ੍ਹਦੀ ਸੀ, ਉਹਨੇ ਪੜ੍ਹ ਕੇ ਫਿਰ ਪ੍ਰਭਾਵਿਤ ਤਾਂ ਹੋਈ, ਉਹ ਚਿੱਠੀ ਲਿਖੀ ਪ੍ਰਭਾਵਿਤ ਹੋਈ ਕਿ ਫਿਰ ਅਸੀਂ ਪਹਿਲੀ ਮਿਲਣੀ ਸੀ ਉੱਥੇ, ਪੈਰ ਬਦਲ ਗਿਆ। ਪਹਿਲਾਂ ਵਾਕਫੀ 'ਚ ਉਹਨੇ 1.5 ਸਾਲ ਮੈਨੂੰ ਪ੍ਰਤਿਆਈ ਰੱਖਿਆ, ਮਿਲਦੀ ਰਹੀ, ਫਿਰ 1.5 ਸਾਲ ਬਾਅਦ ਹੁਣ ਉਹਨੇ ਵੇਖ ਕੇ ਵੀ ਘਰ ਬਾਰ ਹੋਇਆ, ਬੱਚਿਆਂ ਵਾਲਾ ਵੀ ਹੈ, ਫਿਰ ਮੇਰੇ ਨਾਲ ਜੁੜ ਗਈ, ਮੈਨੂੰ ਇੱਕ ਗੁਰਦੁਆਰੇ ਲੈ ਗਈ, ਗੁਰਦੁਆਰੇ ਲਿਜਾ ਕੇ ਆਦੀ ਟੇਕ ਮੱਥਾ ਬਰਾਬਰ। ਮੈਂ ਕਿਹਾ ਤੈਨੂੰ ਪਤਾ ਮੈਂ ਵਿਆਹਿਆ ਬੱਚਿਆਂ ਵਾਲਾ, ਉਹਦੀ ਮੈਨੂੰ ਪਤਾ, ਮੈਂ ਵੇਖ ਲਿਆ ਮੈਂ ਬੱਚੇ ਨਹੀਂ ਚਾਹੁੰਦੀ, ਮੈਂ ਤੇਰੀ ਸੂਝ ਨਾਲ ਜੁੜੀ ਹਾਂ, ਤੇਰੇ ਪਿੰਡੇ ਨਾਲ ਨਹੀਂ ਜੁੜੀ, ਵੀ ਜਾਂ ਤਾਂ ਮੱਥਾ ਟੇਕ, ਅੱਜ ਨਹੀਂ ਅੱਜ ਆਪਣੀ ਬਣ ਜੂ, ਨਹੀਂ ਆਪਣੀ ਟੁੱਟ ਜੂ। ਉਹ ਹੁਣ ਇੰਨੀ ਸਿਆਣੀ ਜਨਾਨੀ ਮੈਨੂੰ ਮਿਲੀ ਨਹੀਂ ਸੀ ਸਾਰੀ ਜ਼ਿੰਦਗੀ, ਮੈਂ ਮੱਥਾ ਟੇਕਤਾ, ਹੌਲੀ ਹੌਲੀ ਫਿਰ ਉਹ ਆ ਗਈ, ਫਿਰ ਉਹ ਘਰ ਆਈ, ਮੇਰੀ ਜਨਾਨੀ ਬਿਮਾਰ ਸੀ, ਉਹਨੂੰ ਤਕੜਿਆਂ ਕੀਤਾ ਅਤੇ ਉਹਨਾਂ ਦੀ ਦੋਸਤੀ ਬਣ ਗਈ। ਮੈਂ ਕਿਹਾ ਇਹ ਵੀ ਸ਼ੁਕਰ ਆ ਜੀ, ਉਹਨਾਂ ਦੀ ਦੋਸਤੀ, ਫਿਰ ਉਹ ਭੈਣਾਂ ਵਰਗੀ ਗੱਲ ਹੋਈ। ਮੇਰਾ ਖਿਆਲ ਵੀ ਇਹੋ ਜਿਹੀ ਮਿਸਾਲ ਸਾਰੀ ਜ਼ਿੰਦਗੀ ਕਿਸੇ 'ਚ ਨਹੀਂ ਬਣੀ ਹੋਈ ਕਿ ਜਿਹਨੇ ਇਹ ਦੋਏ ਉਹ ਇਕੱਠੀਆਂ ਹੋ ਗਈਆਂ, ਉਹ ਇਕੱਠੀ ਜਾਇਆ, ਉਹ ਕਿਸੇ ਦੇ ਘਰ ਨਹੀਂ ਸੀ ਜਾਂਦੀ, ਆਹ ਘਰ ਉਹਦੇ ਵਾਸਤੇ ਪਾਇਆ ਸੀ। ਜ਼ਿੰਦਗੀ ਦੇ ਇਸ ਮੋੜ 'ਤੇ ਆਪਾਂ ਹੁਣ ਅਖੀਰ 'ਚ ਜੇ ਗੱਲਾਂ ਕਰੀਏ ਤਾਂ ਜ਼ਿੰਦਗੀ ਦੇ ਇਸ ਮੋੜ 'ਤੇ ਹਜੇ ਵੀ ਜਸਵੰਤ ਕੰਵਲ ਦੀ ਕੋਈ ਅਧੂਰੀ ਇੱਛਾ? ਮੇਰੀ ਇੱਛਾ ਤਾਂ ਇਹ ਸੀ ਕਿ ਇੱਕ ਰਾਜਸੀ ਤੌਰ ਦੇ ਉੱਤੇ ਕਾਂਗਰਸ ਨੂੰ ਮਾਰਨ ਵਾਲੀ ਅਤੇ ਅਕਾਲੀਆਂ ਨੂੰ ਮਾਰਨ ਵਾਲੀ ਸੰਸਥਾ ਖੜ੍ਹੀ ਹੋ ਜਾਂਦੀ ਜੀ, ਅਤੇ ਪੰਜਾਬ ਬਚ ਰਹਿੰਦਾ ਨਹੀਂ, ਪੰਜਾਬ ਨਹੀਂ ਬਚਦਾ। ਸੋ ਮੇਰੇ ਸਾਹਮਣੇ ਇਹ ਵੱਡੀ ਪ੍ਰੋਬਲਮ ਆ। ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਤੁਹਾਡੀਆਂ ਇਹਨਾਂ ਗੱਲਾਂ ਤੋਂ ਕੁਛ ਨਾ ਕੁਛ ਗ੍ਰਹਿਣ ਕਰੀਏ, ਅਤੇ ਸਾਡਾ ਯੂਥ ਵੀ ਦੇਖਣ ਵਾਲਾ ਗ੍ਰਹਿਣ ਕਰੇ, ਅਤੇ ਉਹ ਕੋਸ਼ਿਸ਼ ਕਰੇ ਵੀ ਕੋਈ ਪੰਜਾਬ ਬਚਾਉਣ ਦੀ, ਆਪਦੇ ਲਈ ਹਰੇਕ ਸੋਚਦਾ ਪਰ ਦੇਸ਼ ਮੁਲਕ ਲਈ ਕੌਮ ਲਈ ਜਿਹੜਾ ਸੋਚਦਾ ਉਹ ਵੱਡੀ ਸੋਚ ਮੰਨੀ। ਮੈਂ ਤਾਂ ਇਹਦੇ ਲਈ ਹੁਣ ਗਿਆ ਵੀ ਸਰੀਰ ਲਾਉਣ ਨੂੰ ਵੀ ਤਿਆਰ ਹਾਂ, ਜੇ ਕੋਈ ਗੱਲ ਐਸੀ ਨਹੀਂ ਹੈਗੀ ਤਾਂ। ਜਿਹੜਾ ਵੀ ਕੋਈ ਮੈਨੂੰ ਕੋਈ ਬੰਦਾ ਮਿਲਦਾ ਹੈ ਨਾ, ਅਸਲ ਗੱਲ ਇਹ ਹੈ ਲੇਖਕ ਹੋਣਾ ਸੁਖਾਲਾ ਹੈ, ਲੇਖਣ ਦਾ ਲੋਕਾਂ ਨਾਲ ਜੁੜੇ ਹੋਣਾ ਔਖਾ ਹੈ, ਲੋਕ ਲੇਖਣ ਹੋਣਾ ਔਖਾ। ਉਹ ਗੱਲ ਇਹ ਹੈ ਕਈ ਵਾਰੀ ਘਰੋਂ ਕੀ ਪ੍ਰੋਬਲਮ ਆ ਜਾਂਦੀ ਹੈ, ਕਈ ਜਿਹੜੇ ਘਰੋਂ ਭੁੱਖੇ ਹੁੰਦੇ ਆ ਉਹ ਫਿਰ ਲਾਲਚ ਵਿੱਚ ਆ ਜਾਂਦੇ ਆ। ਮੇਰੇ ਕੋਲ 10 ਏਕੜ ਜ਼ਮੀਨ ਸੀ, ਮੈਨੂੰ ਉਹ ਬਚਾ ਗਈ, ਜੇ ਮੈਨੂੰ ਉਹ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਥਿੜਕ ਜਾਂਦਾ। ਮੈਂ ਪੈਰਾਂ ਸਿਰ ਖੜ੍ਹਾ ਰਿਹਾ ਔਰ ਸੱਚ ਜਿਹੜਾ ਸੀ ਉਹ ਮੇਰਾ ਸਹਾਰਾ ਹੀ ਹੁੰਦਾ ਰਿਹਾ ਜੀ। ਸੋ ਉਮੀਦ ਕਰਦੇ ਹਾਂ ਜੀ ਹਜੇ ਅਸੀਂ ਦੇਖਣਾ ਚਾਹਾਂਗੇ ਤੁਹਾਡੇ ਜਿਹੜੀ ਸੈਂਚਰੀ ਉਮਰ ਦੀ, ਅਸੀਂ ਖੁਦ ਆ ਕੇ ਮਨਾਉਣੀ ਚਾਹਾਂਗੇ ਇੱਥੇ, ਅਤੇ ਹਜੇ ਤੁਹਾਡੀ। ਵੈਸੇ ਇਹ ਗੱਲ ਦੂਰ ਦੀ ਆ? ਨਹੀਂ ਨਹੀਂ ਦੂਰ ਨਹੀਂ ਆ ਜੀ, ਨੇੜੇ ਲਾ ਲਿਆ ਕੰਮ, 4 ਸਾਲ ਹੀ ਆ, ਅਤੇ ਅਸੀਂ ਚਾਹਾਂਗੇ ਵੀ ਅਸੀਂ ਸੈਂਚਰੀ ਦੇ ਇੱਕ ਜਸ਼ਨ ਇਸ ਰੂਪ 'ਚ ਮਨਾਈਏ ਵੀ ਉਦੋਂ ਨੂੰ ਪੰਜਾਬ ਵੀ ਬਚਦਾ ਦਿਖਾਈ ਦੇਵੇ, ਅਤੇ ਕੋਈ ਚੰਗੇ ਅਤੇ ਵਧੀਆ ਹੱਥਾਂ 'ਚ ਪੰਜਾਬ ਦਾ ਉਹ ਟਾਈਮ ਹੋਵੇ। ਅਤੇ ਮੈਂ ਤਾਂ ਕਹਿੰਦਾ ਕਿ ਜਿਹੜੇ ਨਵੀਂ ਰਾਜਸੀ ਪਾਰਟੀ ਵਾਲੇ ਆ
जे ईमानदारी नाल अगे आउण ते असीं उन्हां नूं स्कूलिंग दे के राजसी तौर ते बई कौम कित्थे खड़ी है, देश कित्थे खड़ा, लोकां दे सिर कित्थे खड़े है। सानूं तां सारे साह दी खाई जांदे पंजाब नूं। बिल्कुल वड्डी गल आ, सारां नूं वड्डी प्रॉब्लम इह है, उन्हां नूं उन्हां तों तोड़ना चाहीदा। ये हुण साधां दी वी गल आई है, तां कि वी गल कर लईए जी, डेरावाद आ जिहड़ा डेरावाद फैलिया, नजरां दे सामने सामने फैलिया, क्योंकि असी तां अजे बहुत इस सदी दे अखीर च खत्म हो जाऊगा, पर एडी छेती नहीं जी, क्योंकि डेरावाद फेल होएगा कि इहने की कीता जी। साइंस दी जिहड़ा चानण है, इह अपना आप लै के, अपना प्रभाव लै के लोकां च अगे आएगा। अगे नाल हुण अगे नालों साइंस दिनों दिन वध रही है, मुंडे जिहड़े नौजवानी जिहड़ी है उह संतुष्ट नहीं इस लीडरशिप तों, उह संतुष्ट नहीं बाबिआं तों, उह संतां महंतां तों नहीं संतुष्ट, क्योंकि उहनां नूं साइंस दी लोह ने ਸਿਆਣਾ ਕਰਤਾ ਜੇ। ਜਿਹੜੀਆਂ ਆਸ਼ੀਰਵਾਦਾਂ ਦਿੰਦੇ ਆ ਨਾ ਸੰਤ, ਇਹ ਸਾਰੀਆਂ ਫੋਕੀਆਂ ਨੇ। ਮੈਂ ਵਿਦਾਂਤ ਵੀ ਪੜ੍ਹਿਆ, ਸੰਤਾਂ ਤੋਂ ਹੀ ਪੜ੍ਹਿਆ, ਸਾਧ ਤੋਂ ਹੀ ਪੜ੍ਹਿਆ ਮੈਂ ਉਹਦੇ ਨਾਲ। ਆਹ ਜਦੋਂ ਆਹ ਪੁਹਾਈ, ਉਹਦਾ ਇਹ ਤੁਹਾਡਾ ਹੋਰ ਰਾਹ, ਸਾਡਾ ਇਹ ਹੋਰ ਰਾਹ, ਉਹ ਇਸ ਗੱਲ ਕਰਕੇ ਛੁੱਟ ਗਿਆ। ਸੋ ਬਾਪੂ ਜੀ, ਗੱਲਬਾਤ ਚੱਲ ਰਹੀ ਸੀ ਆਪਣੀ ਆਪਦੇ ਬਾਰੇ, ਸਾਹਿਤ ਬਾਰੇ, ਸਮਾਜ ਬਾਰੇ, ਸਿਆਸਤ ਬਾਰੇ, ਪਰ ਹੁਣ ਇੱਕ ਹੋਰ ਪੱਖ, ਅਕਸਰ ਹੀ ਜਿਹੜੀਆਂ ਲੇਖਕ ਹੁੰਦੇ ਆ ਉਹਨਾਂ ਦੀਆਂ ਰਚਨਾਵਾਂ ਨੂੰ ਯੂਜ਼ ਅਤੇ ਮਿਸਯੂਜ਼ ਵੀ ਕੀਤਾ ਜਾਂਦਾ, ਅਤੇ ਨਾਲ ਨਾਲ ਕਈ ਵਾਰੀ ਰਚਨਾਵਾਂ ਨੂੰ ਕੋਈ ਬੰਦਾ ਹੋਰ ਅਮਰ ਵੀ ਕਰ ਦਿੰਦੇ ਆ, ਕਈ ਵਾਰੀ ਇਹੋ ਜਿਹਾ ਵੀ ਦੌਰ ਆਉਂਦਾ। ਸੋ ਖਾਸ ਕਰਕੇ ਕੱਲ੍ਹ ਇਹ ਉਹ ਲੋਕ ਹੁੰਦੇ ਆ ਜਿਹੜੇ ਫਿਲਮੀ ਲੋਕ ਹੁੰਦੇ ਆ ਜਾਂ ਕੋਈ ਲਾਈਮ ਲਾਈਟ ਦੀ ਦੁਨੀਆ ਵਾਲੇ ਹੁੰਦੇ ਆ, ਉਹਨਾਂ ਨੂੰ ਕੋਈ ਚੀਜ਼ ਤੁਹਾਡੀ ਕਹਾਣੀ, ਕੋਈ ਨਾਵਲ ਚੰਗਾ ਲੱਗਾ, ਉਹਦੇ 'ਤੇ ਕੁਛ ਨਾ ਕੁਛ ਵਰਕਆਊਟ ਹੁੰਦਾ, ਤਾਂ ਤੁਸੀਂ ਵੀ ਇਹਨਾਂ ਚੀਜ਼ਾਂ ਤੋਂ ਬਚੇ ਨਹੀਂ ਰਹੇ। ਮੇਰੇ ਕੋਲ ਆਉਂਦੇ ਨੇ ਫਿਲਮੀ ਬੰਦੇ ਵੀ ਜੀ, ਅਤੇ ਮੇਰਾ ਖਿਆਲ ਆ ਉਹਨਾਂ ਨੂੰ, ਮੈਨੂੰ ਕੁਛ ਮੇਰੀਆਂ ਲਈਆਂ ਵੀ ਹੈ ਕਈਆਂ ਨੇ ਇੱਕ ਦੋ, ਪਰ ਉਹ ਗੱਲ ਜਿਸ ਤਰ੍ਹਾਂ ਬਣਨੀ ਚਾਹੀਦੀ ਸੀਗੀ ਉਸ ਤਰ੍ਹਾਂ ਬਣੀ ਨਹੀਂ। ਜਿਹੜੇ ਜੈਨ ਤੁਹਾਡੇ ਨਾਲ ਲਿਖੀ ਗਈ ਸੀ ਉਹ ਗੱਲ ਉਵੇਂ ਉਹ ਪੇਸ਼, ਉਸ ਤਰ੍ਹਾਂ ਉਹ ਪੇਸ਼ ਨਹੀਂ, ਉਹ ਪੇਸ਼ ਕਰਦੇ ਆ ਕਿ ਸਾਡੀ ਚੀਜ਼ ਕਾਮਯਾਬ ਕਿਵੇਂ ਹੋ ਸਕਦੀ ਹੈ, ਅਸੀਂ ਕਮਰਸ਼ਲ ਤੌਰ 'ਤੇ ਅਸੀਂ ਪੈਸੇ ਕਿਵੇਂ ਕਮਾ ਸਕਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਚੀਜ਼ ਜਾਵੇ ਮਨੁੱਖ ਦੇ ਅੰਦਰ, ਅਤੇ ਉਹ ਮਨੁੱਖੀ ਤਰੱਕੀ ਲਈ ਜਾਵੇ, ਮਨੁੱਖ ਉੱਠ ਸਕੇ ਔਰ ਸਮਾਜੀ ਤੌਰ 'ਤੇ ਉਹਦਾ ਜਿਹੜਾ ਪੱਖ ਹੈ ਉਹ ਚੰਗਾ ਬਣੇ, ਜਿਹੜੀਆਂ ਭਾਵਨਾਵਾਂ ਨਾਲ ਲਿਖੀ ਗਈ ਸੀ, ਹਾਂ ਉਹ ਹੋਵੇ, ਉਹ ਜ਼ਿਆਦਾ ਇਨਸਾਫ। ਖਾਸ ਕਰਕੇ ਤੁਹਾਡੇ ਪੂਰਨਮਾਸ਼ੀ ਨਾਵਲ ਦੇ ਉੱਤੇ ਪਿੱਛੇ ਜੇ ਫਿਲਮ ਬਣੀ, ਅਤੇ ਉਹ ਪਹਿਲਾਂ ਕਿਹਾ ਵੀ ਉਹਦੇ 'ਤੇ ਆਧਾਰਤਾ, ਫਿਰ ਉਹਨੂੰ ਕੋਈ ਗੱਲ ਵੀ ਨਹੀਂ ਹੋਈ, ਕਾਫੀ ਜਿਹੜੀ ਆਮ ਲੋਕਾਂ 'ਚ ਹੈ ਤੁਹਾਡੇ ਕੰਨੀ ਅਸੀਂ ਕੋਈ, ਮੈਨੂੰ ਸਾਰੇ ਕਹਿ ਚੁੱਕ ਰਹੇ ਕਿ ਤੂੰ ਇਹਦੇ 'ਤੇ ਦਾਅਵਾ ਕਰ, ਸ਼ਰਮ, ਮੈਂ ਨਹੀਂ ਕਰਨਾ, ਜੇ ਕਰਦੇ ਤਾਂ ਕਰ ਲੈਣ, ਕੋਈ ਐਸੀ ਗੱਲ ਨਹੀਂ। ਇਹੀ ਇੱਕ ਬਹੁਤ ਵੱਡੀ ਤੁਹਾਡੀ ਮਹਾਨਤਾ ਰਹੀ ਜੀ। ਮੈਂ ਨਹੀਂ ਮਖੇ ਕਰਨਾ, ਨਹੀਂ ਅਸੀਂ ਦੇਖਿਆ ਵੀ ਸਾਡੀ ਵੀ ਇਹ ਸੋਚ ਹੁੰਦੀ ਆ, ਅਸੀਂ ਉਸੇ ਗੱਲ ਨੂੰ ਅੱਗੇ ਤੋਰੀਏ ਜੀ 'ਚ ਕੋਈ ਗੱਲ ਹੋਵੇ, ਲੋਕਾਂ ਨੇ ਇਹ ਗੱਲ ਨੂੰ ਚੱਕਿਆ, ਪਰ ਤੁਹਾਡੇ ਮੂੰਹੋਂ ਕਦੇ ਵੀ ਅਸੀਂ ਇੱਕ ਸ਼ਬਦ ਨਹੀਂ ਸੁਣਿਆ ਵੀ ਭਾਈ ਇਹ ਚੀਜ਼ ਇੱਦਾਂ ਨਹੀਂ ਹੋਣੀ। ਨਹੀਂ, ਮੈਂ ਨਹੀਂ ਕਰਦਾ ਇਹ ਗੱਲ। ਸੋ ਇੱਕ ਹੋਰ ਜਿਹੜੀ ਨੋਰਮਲ ਲੋਕ ਫਿਰ ਉਹੀ ਗੱਲ ਆ ਜਾਂਦੀ ਆ, ਕੰਟਰੋਵਰਸੀ 'ਚ ਪਾਉਣੀ ਚਾਹੁੰਦੇ ਆ ਗੱਲ, ਜਾਂ ਕੁਝ ਕੁ ਲੋਕ ਨਾਮ ਅਗਰ ਜੋੜਦੇ ਆ, ਜੇ ਮੇਰੇ ਵਰਗਾ ਗੱਲ ਕੋਈ ਕਰਦਾ ਤਾਂ ਉਹਨੂੰ ਕਹਿਣਗੇ ਕਾਮਰੇਡੀ ਆ, ਜੇ ਥੋੜ੍ਹਾ ਜਿਹਾ ਦੂਜਾ ਕਹਿੰਦੇ ਸਿੱਖਇਜ਼ਮ 'ਚ ਆ, ਇਨਸਾਨ ਹੋ ਕੇ ਗੱਲ ਕਰਨ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰਦਾ ਅਤੇ ਉਹਨੂੰ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦਾ, ਇੱਕੋ ਗੱਲ ਕਹਿੰਦੇ ਆ ਵੀ ਇਹਨੂੰ ਕਿੱਧਰ ਜੋੜਿਆ ਜਾਵੇ। ਤੁਹਾਡਾ ਨਾਂ ਵੀ ਵੇਲੇ ਵੇਲੇ ਸਿਰ ਵੱਖਰੇ ਵੱਖਰੀਆਂ ਧਿਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਕਿਵੇਂ ਲੱਗਿਆ ਇਹ? ਮੈਨੂੰ ਨਹੀਂ, ਮੈਂ ਚੰਗਾ ਨਹੀਂ ਲੱਗਿਆ, ਲੇਕਿਨ ਮੈਂ ਇਹ ਹੈ ਵੀ ਇਨਸਾਨੀਅਤ ਦਾ ਪੱਖ ਜਿਹੜਾ ਨਾ, ਮਨੁੱਖਤਾ ਦਾ ਜਿਹੜਾ ਪੱਖ ਹੈ, ਮੈਂ ਉਹਦੇ 'ਤੇ ਖੜਾ। ਜੀ ਜੀ ਜੀ, ਉਹ ਤੁਹਾਡੀਆਂ ਕਿਰਤਾਂ ਹੀ ਦੱਸਦੀਆਂ। ਹਾਂ, ਉਹਨਾਂ ਜਿੱਥੇ ਕੋਈ ਗੁਣ ਕਿਤੋਂ ਵੀ ਮਿਲਦਾ ਜੀ, ਚਾਹੇ ਛੋਟੀ ਜਾਤੀ ਤੋਂ ਮਿਲਦਾ ਚਾਹੇ ਵੱਡੀ ਤੋਂ ਮਿਲਦਾ, ਤੁਸੀਂ ਗੁਣ ਲਓ ਉਹਦਾ, ਅਤੇ ਤੁਸੀਂ ਉਹਦੀ ਜਾਤ ਨੂੰ ਕਿਉਂ ਪਿੱਛਾ ਅੱਗੇ ਪਿੱਛੇ ਕਰਦੇ ਹੋ? ਜਾਤੀ ਤਾਂ ਇੱਕ ਮਨੁੱਖ ਦੀ, ਸਾਰਿਆਂ ਦੀ ਇੱਕ ਵਰਗੀ ਹੈ। ਬਿਲਕੁਲ ਜੀ, ਇਨਸਾਨੀਅਤ। ਸੋ ਬਹੁਤ ਤੁਹਾਡਾ ਟਾਈਮ ਲਿਆ ਬਾਪੂ ਜੀ, ਤੁਸੀਂ ਅੱਜ ਇਸ ਵਧੀਆ ਸਾਡੇ ਲਈ ਦਿਨ ਸੁਹਾਗਾ ਹੋ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ। ਮੈਂ ਤਾਂ ਕਹਿੰਦਾ ਫਿਰ ਵੀ ਆਓ ਜ਼ਰੂਰ, ਅਸੀਂ ਹੁਣ ਤੁਹਾਡੇ ਨਾਲ ਵਾਅਦਾ ਤਾਂ ਕਰ ਲਿਆ ਜੀ, ਸ਼ਤਾਬਦੀ ਮਨਾਉਣ ਆਵਾਂਗੇ ਤੁਹਾਡੀ। ਸੋ ਚਲੋ ਜੀ, ਇਸੇ ਆਸਰੇ ਖੜਨ ਦੀ ਅਸੀਂ ਕੋਸ਼ਿਸ਼ ਕਰਾਂਗੇ, ਜਿਵੇਂ ਵੀ ਕਰੋਗੇ ਮੈਂ ਵੈਲਕਮ। ਹਾਂ ਜੀ ਜ਼ਰੂਰ, ਮੈਂ ਤੁਹਾਡੇ ਵਿਚਾਰਾਂ ਦੇ ਨਾਲ ਖੜਾ, ਹੁਣ ਵਿਚਾਰਾਂ ਦੀ ਸਾਂਝ ਹੈ ਸਾਡੀ ਜੀ, ਹੋਰ ਤਾਂ ਕੋਈ ਗੱਲ ਨਹੀਂ ਐਸੀ, ਜਿਹੜੀ ਹਜ਼ਾਰਾਂ ਮੀਲ ਲੈ ਕੇ ਆ ਜਾਂਦੀ ਹੈ ਇੱਕ ਦੂਜੇ ਕੋਲ, ਉਹ ਵਿਚਾਰਾਂ ਦੀ ਸਾਂਝ ਹੀ ਆ। ਅਤੇ ਸੋ ਆਸ ਕਰਦੇ ਹਾਂ ਜੀ, ਇਹ ਜਿਹੜੀ ਅਗਲੀ ਜਿਹੜੀ ਇੰਟਰਵਿਊ ਆ ਸ਼ਤਾਬਦੀ 'ਤੇ ਕਰਾਂਗੇ, ਇਹ ਵਾਅਦਾ ਮੇਰਾ,
ਅਤੇ ਮੈਂ ਇੱਥੇ ਜਾਂਦਾ ਜਾਂਦਾ ਇੱਕ ਦਰਸ਼ਕਾਂ ਨੂੰ ਇੱਕ ਜਿਹੜੀ ਗੱਲ ਇਹ ਕਹਿਣੀ ਚਾਹੂੰਗਾ ਵੀ ਜਿਹੜੇ ਉਹ ਦਰਸ਼ਕ ਜਿਹੜੇ ਉਹ ਪਾਠਕ ਜਾਂ ਜਿਹੜੇ ਉਹ ਚਿੰਤਕ ਇਹ ਕਹਿੰਦੇ ਆ ਪੰਜਾਬੀ ਪੰਜਾਬੀਅਤ ਇਹਨੂੰ ਕੋਈ ਪੜ੍ਹਨੀਆਂ ਨਹੀਂ, ਕਿਤਾਬਾਂ ਨਹੀਂ ਪੜ੍ਹਦਾ ਕੋਈ, ਇਹਨੂੰ ਦੇਖਣੀਆਂ ਨਹੀਂ, ਇਹਨੂੰ ਇਹ ਡੁੱਬ ਰਹੀ ਆ, ਪਰ ਇਹ ਗੱਲ ਨਹੀਂ ਹੈ। ਜਿੱਦਣ ਤੁਹਾਡੇ 'ਚ ਵੀ ਜਸਵੰਤ ਕਮਲ ਜਿਹੀ ਤੁਹਾਡੀ ਕਲਮ ਦੇ ਵਿੱਚ ਕੋਈ ਚੀਜ਼ ਆ ਗਈ ਆ ਤਾਂ ਤੁਹਾਨੂੰ ਵੀ ਪਾਠਕ ਆਪ ਲੱਭ ਲੱਭ ਕੇ ਪੜ੍ਹਨਗੇ, ਪਾਠਕਾਂ ਦੀ ਅੱਜ ਵੀ ਕੋਈ ਕਮੀ ਨਹੀਂ। ਸਾਹਿਤ ਉਹ ਹੈ ਜਿਹੜਾ ਉਤਸ਼ਾਹ ਦੇਵੇ ਜੀ, ਜਿਹੜਾ ਸਾਹਿਤ ਉਤਸ਼ਾਹ ਨਹੀਂ ਦਿੰਦਾ ਨਾ ਦੇਖ ਲਓ, ਉਹ ਕੋਈ ਕੀਮਤ ਨਹੀਂ ਰੱਖਦਾ, ਉਹ ਕੋਈ ਉਹਦੀ ਉਹਦਾ ਉਹਦੀ ਪ੍ਰਭਤਾ ਨਹੀਂ ਹੈ ਜੀ। ਜੀ ਮਹਾਨਤਾ ਇਸ ਗੱਲ 'ਚ ਹੈ ਕਿ ਉਹਨੂੰ ਜੇ ਮੈਂ ਸਮਝਦਾ 20 ਤੋਂ 21 ਵੀ ਕਰਦਾ ਉਹ ਵੀ ਚੰਗਾ, ਅਤੇ ਜਿਹੜਾ 0 ਤੋਂ 1000 ਕਰ ਦਿੰਦਾ ਜਾਂ 10 ਬਣਾ ਦਿੰਦਾ ਉਹਦੇ 'ਚ ਕੀ ਗੱਲ ਹੈ ਜੀ। ਸੋ ਬਹੁਤ ਵਧੀਆ ਸੁਨੇਹਾ ਜੀ ਅੱਜ ਦਿੱਤੇ ਆ, ਇੱਕ ਨਹੀਂ ਸਾਰੀ ਇੰਟਰਵਿਊ ਦੇ ਵਿੱਚ ਹੀ ਸਾਨੂੰ ਬਹੁਤ ਸਾਰੇ ਸੁਨੇਹ ਅਤੇ ਤਜ਼ਰਬਿਆਂ ਤੋਂ ਸਿੱਖਣ ਨੂੰ ਮਿਲਦਾ। ਸੋ ਕੋਸ਼ਿਸ਼ ਕਰਾਂਗੇ ਜੀ ਅਗਲੀ ਇੰਟਰਵਿਊ ਦੇ ਵਿੱਚ ਹੋਰ ਵੀ ਵੱਧ ਲਾਹੇ ਲੈ ਸਕੀਏ। ਮੇਰਾ ਅਗਾਊਂ ਸ਼ੁਕਰੀਆ ਲੈ ਲਓ ਜੀ। ਸੋ ਅਗਾਊਂ ਸ਼ੁਕਰੀਆ ਦੇ ਨਾਲ ਆਪਾਂ ਮਿਲਦੇ ਹਾਂ ਜੀ ਕਿਸੇ ਹੋਰ, ਜਦੋਂ ਵੀ ਚਾਹੋ ਮੈਂ ਹਾਜ਼ਰ ਹਾਂ ਜੀ। ਬਹੁਤ ਵੱਡੀ ਗੱਲ ਆ ਜੀ, ਬਹੁਤ ਮੈਂ ਘਰਦਿਆਂ ਨਾਲੋਂ ਟੁੱਟਿਆ ਹੋਇਆ, ਘਰਦਿਆਂ ਨੂੰ ਕਿਹਾ ਵੀ ਜ਼ਮੀਨ ਤੁਹਾਡੇ ਕੋਲ ਖਾਣ ਜੋਗੀ ਬਥੇਰੀ ਆ ਜੀ, ਮੈਂ ਆਪਣੀ ਰਾਇਲਟੀ ਜਿਹੜੀ ਕਿਤੇ ਖਰਚ ਕਰਾਂ ਤੁਹਾਨੂੰ ਨਹੀਂ ਦੇਣੀ ਦਵਾਨੀ ਜੀ। ਜੀ ਜੀ ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਆਏ ਅਤੇ ਇੱਥੇ ਸਾਡੇ ਨਾਲ ਜਿਹੜੇ ਗੱਲਬਾਤ ਕੀਤੀ, ਬਹੁਤ ਮਿਹਰਬਾਨੀ।